ਤੇ ਬਕਰਿਆਂ ਦੇ ਵੀ ਉਤਾਰਨ ਤੇ ਕੋਈ ਨਹੀਂ, ਪਾਣੀ ਪੂਣੀ ਹੈਗਾ, ਟੈਂਕੀਆਂ ਬਣਾਈਆਂ। ਠੀਕ ਹੈ, ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਬਾਤ ਹੈ, ਬਿਲਕੁਲ ਸਹੀ ਬਾਤ। ਬੇਟਾ ਕਿਆ ਹੁਆ, ਮੇਰਾ ਸੋਨਾ, ਮੇਰਾ ਸੋਨਾ, ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਨਾਮ ਹੈ ਬੇਟਾ? ਯਾਸਿਰ। ਬੇਟਾ ਕਿਉਂ ਐਵੇਂ ਸਰ, ਵੋ ਬਹਿਸ ਕੋਈ ਬਾਤ ਨਹੀਂ ਬੇਟਾ, ਬਹਿਸ ਨਹੀਂ ਕਰਤੇ, ਅੱਛੇ ਬੱਚੇ ਹੈਂ, ਸ਼ਾਬਾਸ਼ ਮੇਰਾ ਬੇਟਾ, ਸ਼ਾਬਾਸ਼। ਅਸਲਾਮ ਵਾਲੀਕਮ ਜੀ, ਕਿਆ ਹਾਲ ਹੈ ਆਪਕੇ? ਸਰ ਅਸਲਾਮ ਵਾਲੀਕਮ ਸਰ, ਆਪ ਬੱਕਰੇ ਖਰੀਦਣੇ ਆਏ ਹੈ ਜੀ? ਸਰ ਕੋਈ ਖਰੀਦਾ ਵੀ ਆਪਨੇ? ਸਰ 70,000 ਰੁਪਇਆ ਲਗਾ ਦਿਆ, ਉਹ ਕਹਿ ਰਹੇ 1,70,000 ਲੈਣਾ। ਓਏ ਹੋਏ ਹੋਏ, ਇਹ ਤਾਂ ਜ਼ਿਆਦਾ ਨਹੀਂ ਹੋ ਗਿਆ ਜੀ? ਬਹੁਤ ਜ਼ਿਆਦਾ, 70,000 ਰੁਪਇਆ ਆਪਨੇ ਆਪਣੀ ਪਹੁੰਚ ਸੇ ਜ਼ਿਆਦਾ ਲਗਾ ਦਿਆ ਹੈ, ਲੇਕਿਨ ਵੋ 1,70,000 ਕਹਿ ਰਹੇ ਹੈ। ਕੌਣ ਵਾਲੇ ਬੱਕਰੇ ਹੈ ਯੇ? ਬੱਕਰਾ ਇਧਰ ਯੇ ਇਸਕਾ ਕਹਿ ਰਹੇ ਹੈ, ਯੇ ਛੋਟੇ ਛੋਟੇ ਬੱਕਰੇ। ਠੀਕ ਹੈ ਠੀਕ ਹੈ, ਆਓ ਖਰੀਦੋ ਫਰੋਖਤ ਜਾਰੀ ਰੱਖੇ ਜੀ। ਅਸਲਾਮ ਵਾਲੇਕਮ ਚਾਚਾ, ਕਿਆ ਹਾਲ ਹੈ ਆਪਕੇ? ਤਬੀਅਤ ਕੈਸੀ ਆਪਕੀ? ਠੀਕ ਠਾਕ। ਚਾਚਾ ਕਿਸ ਇਲਾਕੇ ਸੇ ਹੈਂ? ਹਮ ਜ਼ਿਲ੍ਹਾ ਬਾਵਲ ਨਗਰ ਸੇ। ਮੁਝੇ ਬਤਾਏ, ਪਰ ਬੱਕਰਾ 500 ਰੁਪਏ ਦੀਆ, ਕਿਤਨਾ ਦੀਆ? 300 ਰੁਪਏ। 300 ਰੁਪਏ ਜੀ। ਇਧਰ ਆਏ ਜੀ, ਕਿਧਰ ਗਏ? ਇਧਰ ਆਏ, ਇਧਰ ਆਏ, 500 ਮੇ ਦੀਏ। ਇਧਰ ਆਏ, ਉਹ ਕਹਤਾ ਪਰ ਬੱਕਰਾ ਮੈਨੇ ਇਸਨੇ ਰੇਟ ਦੀਆ 300, ਵਾਂ ਸੇ ਚਲੇ ਹੈ ਯਹਾਂ ਤੱਕ ਆਤੇ, ਇਹ ਕਹਤਾ ਮੈਨੇ 300 ਦੀਆ। ਆਪ ਬਤਾਏ, ਉਧਰ ਚਲਦੇ ਆ 300 ਦੇ ਦਿਆ? ਉਧਰ ਸੇ 500 ਕੀ 70 ਬੰਦੋ ਕੀ ਆਵਾਜ਼ਾਂ, ਰਿਕਾਰਡ ਪੜਾ ਹੈ, ਰਿਕਾਰਡ ਪੜਾ ਹੈ। ਇਸਲਿਏ ਵੋ ਆਪ ਲੋਗ ਕਹਤੇ, ਵੋ ਆਪਨੇ ਉਸਨੇ ਯਹ ਵਹੀਂ ਕਹਾ, ਆਗੇ ਕੀ ਬਾਤ ਕਰੇ, ਇਧਰ ਕੀ ਨਹੀਂ ਕਰ ਰਹੇ? ਆਪਕੇ ਬੱਕਰੇ ਕਿਧਰ ਹੈ? ਇਧਰ ਹੀ ਹੈ, ਇਧਰ ਹੀ ਹੈ। ਓ ਯੇ ਇਧਰ 300 ਬਤਾ ਰਹੇ, ਆਪ ਕਹ ਰਹੇ 500, ਜੋ ਆਦਮੀ ਵੋ ਵਹਾਂ ਵਾਲੇ ਹੈਂ, ਵਹਾਂ ਖੜੇ ਹੈਂ ਬੱਕਰੇ ਉਨਕੇ, ਬੱਕਰੇ ਉਨਕੇ, ਨਹੀਂ ਨਹੀਂ, ਵਹਾਂ ਬੱਕਰੇ ਖੜੇ ਹੈਂ, ਮੈਨੇ 300 ਮੇਂ ਖੜੇ ਹੈਂ ਬੱਕਰੇ, ਬੱਕਰੇ ਸਾਥ ਖੜੇ ਹੈਂ, ਸੜਕੋ ਪਾਰ ਬੱਕਰੇ 40 ਬੱਕਰੇ ਨਾਲ ਲੈ ਕੇ ਖਲੋਤੇ ਨੇ। ਸਰਕਾਰ ਨਵਾਂ ਕੱਟਾ ਖੋਲ ਦਿਆ ਕਰੋ। ਅੱਛਾ ਫਿਰ ਬਾਤ ਤਾਂ ਕਰੇ ਨਾ ਪੂਰੀ, ਯੇ ਕਿਸ ਚੀਜ਼ ਕਾ ਲੈ ਰਹੇ ਹੈਂ ਆਪ, ਪੈਸੇ ਕਿਸ ਚੀਜ਼ ਕੇ ਲੈ ਰਹੇ ਹੈਂ? ਪਾਣੀ ਤਾਂ ਦੇਣਾ ਯਾਰ ਇਨਕੋ, ਪੀਣੇ ਕਾ ਪਾਣੀ ਤਾਂ ਦੇਣਾ। ਪੀਣੇ ਕਾ ਹਮਨੇ ਬੋਰ ਕਰਾਏ ਮੇ ਲੱਖੋਂ ਰੁਪਏ ਹੈ। ਉਹ ਤਾਂ ਜਾਨਵਰੋਂ ਕੇ ਪੀਣਾ ਯਾਰ, ਬੱਕਰਾ ਇਨਸਾਨ ਇੱਕ ਬਰਾਬਰ। ਪਾਣੀ ਹਾਂਜੀ ਤਾਂ ਲੈ ਰਹੇ ਹੈ ਭਾਈ, ਤਾਂ ਲੱਗੇ ਵੀ ਨਲਦੇ ਆਏ ਲਾਲ ਪੰਜ ਲੁੱਟ ਮਾਰ ਵਾਲੀ। ਹਾਂਜੀ ਪੰਜ ਬਾਜ਼ਾਰ 'ਚ ਲੁੱਟ ਮਾਰ ਵਾਲੀ, ਪੈਸੇ ਖੋਲ ਸਾਰੇ। ਕਿਤਨੇ ਬੱਕਰੇ ਆ ਪਰ ਬੱਕਰਾ ਆਪਨੇ ਕਿਤਨਾ ਦਿਆ ਇਨਕੋ? ਅਸੀਂ 2 ਲੈਣੇ। ਖਰੀਦਣ ਆਏ ਨੇ? ਹਾਂਜੀ ਕਿਆ ਹਾਲ ਹੈ ਆਪਕੇ? ਅਸਲਾਮ ਵਾਲੀਕਮ ਚਾਚਾ, ਅਸਲਾਮ ਵਾਲੀਕਮ, ਕਹਾਂ ਸੇ ਆਏ ਆਪ? ਗੁਰੂ ਨਾਬਾ ਸੇ ਆਏ। ਤੋ ਪਰ ਬੱਕਰਾ ਕਿਤਨੇ ਦੀਆਂ ਆਪਨੇ? 500 ਰੁਪਿਆ। ਉਹ ਬੁਲਾਓ ਜ਼ਰਾ ਭਾਈ ਨੂੰ, ਕਿੱਧਰ ਗਏ ਭਾਈ ਜਾਨ? ਭਾਈ ਜਾਨ ਬਾਤ ਸੁਣਿਆ ਜ਼ਰਾ, ਭਾਈ ਜਾਨ ਇੱਧਰ ਆਏ। ਸਰ ਅਸਲਾਮ ਵਾਲੀਕਮ, ਕਿੱਧਰ ਬੱਕਰੇ ਆਪਕੇ? ਹਮਨੇ ਬੱਕਰੇ ਵੇਚ ਦੀਏ। ਵੇਚ ਦੀਏ? 500 ਦੀਆ ਪਰ ਬੱਕਰੇ ਕਾ? 500 ਦੀਆ, 500 ਦੀਆ ਪਰ ਬੱਕਰੇ ਕਾ? ਹਾਂਜੀ ਹਾਂਜੀ ਭਾਈ ਜਾਨ, ਸਾਰੇ ਸੜਕੋਂ ਪਾਰ ਨੇ। ਯੇ ਯਹਾਂ ਕੀ ਸੂਰਤ ਹਾਲ ਹੈ ਜੀ ਆਪਕੇ ਸਾਹਮਣੇ? ਔਰ ਯਹਾਂ ਲੋਗੋਂ ਕੇ ਪਾਸ ਮੂੰਹ ਧੋਣੇ ਕੇ ਲੀਏ? ਯਾਰ ਨਹਾਉਣਾ ਨੂਨਾ ਪੜ ਜਾਏ, ਕਹਾਂ ਨਹਾਤੇ ਆਪ ਲੋਕ? ਘਰ ਵਾਪਸ ਜਾਂਦੇ ਹੋ? ਹੈਂ ਟੂਅਰ ਲਵਾਇਆ ਇਹਨਾਂ ਨੇ, ਬੱਕਰਾ ਬੱਕਰੇ ਲੱਗਾ ਹੈ। ਠੀਕ ਬਾਤ ਹੈ ਜੀ, ਯੇ ਲਾਈਨ ਮੇਂ ਬੱਕਰੇ ਲੱਗ ਗਏ ਜੀ ਬੜੇ ਜ਼ਬਰਦਸਤ ਤਰੀਕੇ ਸੇ। ਅਭੀ ਬੱਕਰੋਂ ਕੀ ਪਰੇਡ ਸ਼ੁਰੂ ਹੋ ਗਈ, ਬਹੁਤ ਜ਼ਬਰਦਸਤ ਪਿਆਰੇ ਪਿਆਰੇ ਬੱਕਰੇ ਹੈ ਜੀ। ਅਸਲਾਮ ਵਾਲੇਕਮ ਚਾਚਾ, ਕੀ ਹਾਲ ਹੈ? ਵਾਲੇਕਮ, ਕਿਸ ਇਲਾਕੇ ਸੇ ਆਏ? ਜ਼ਿਲ੍ਹਾ ਰਾਜਨਪੁਰ ਤੋਂ। ਰਾਜਨਪੁਰ ਤੋਂ ਤੌਨ ਸਾਹਿਬ ਤੋਂ ਆਪਕਾ ਵਜ਼ੀਰਾਲਾ ਵੀ ਆ ਗਿਆ, ਮੁਬਾਰਕ ਹੋ ਆਪਕੋ ਹੈਂ। ਸਰਦਾਰ ਉਸਮਾਨ ਬੁਜ਼ਦਾਰ ਸਾਹਿਬ? ਅੱਛਾ ਜੀ, ਹਾਂ ਵਜ਼ੀਰਾਲਾ ਲੱਗ ਗਏ। ਠੀਕ ਹੈ ਠੀਕ ਹੈ ਜੀ। ਮੁਝੇ ਬਤਾਏ ਕਿ ਆਪਕੇ ਵਜ਼ੀਰਾਲਾ ਆਪਣਾ ਆ ਤਾਂ ਇਧਰ ਕਿਤਨੇ ਦੀਏ ਬੱਕਰੋਂ ਕੇ? 500 ਰੁਪਇਆ ਦੀਏ? 500 ਰੁਪਏ, 500। ਇਨਕੋ ਬੁਲਾਏ ਯਾਰ ਦੁਬਾਰਾ, ਭਾਈ ਜਾਨ ਬਾਤ ਸੁਣੇ, ਭਾਈ ਜਾਨ ਇਧਰ ਆਏ। ਸਰ ਅਸਲਾਮ ਵਾਲੇਕਮ, ਕਿਤਨੇ ਦੀਏ? 500। 500 ਰੁਪਏ, ਹਾਂਜੀ 500 ਦੇ ਦੂੰ। ਹਾਂਜੀ ਹਾਂਜੀ, ਠੀਕ ਹੋ ਗਿਆ ਸਰ? ਚਲੋ ਠੀਕ ਹੈ, ਆਪ ਕਰ ਰਹੇ ਹੈ ਨਾ, ਪੁੱਛਦੇ ਵੀ ਇਹ ਸਹੂਲਤੇ ਨਹੀਂ ਪੁੱਛੀ ਕੋਈ ਚੀਜ਼ ਦੀ? ਓਕੇ ਇੱਕ ਮਿੰਟ ਪੁੱਛ ਲੈਂਦੇ ਹਾਂ, ਇੱਕ ਮਿੰਟ ਸਰ। ਤੁਹਾਨੂੰ ਤਾਂ ਇਹਨਾਂ ਨੇ ਅੱਛੇ ਕੱਪੜੇ ਵੀ ਲੈਤੇ ਹੋਣਗੇ ਮੈਨੂੰ ਯਕੀਨ ਆ, ਨਾਲ ਜੁੱਤੀ ਪੋਲਿਸ਼ ਵਾਲਾ ਵੀ ਬਿਠਾਇਆ ਹੋਏਗਾ, ਗਨ ਮੈਨ ਦਿੱਤਾ ਹੋਏਗਾ, ਨਾਲ ਬਵਰਚੀ ਦਿੱਤਾ ਹੋਏਗਾ ਰੋਟੀ ਪਕਾਉਣ ਵਾਸਤੇ, ਇੰਨੀਆਂ ਸਹੂਲਤਾਂ ਦਿੱਤੀਆਂ ਹੋਣਗੀਆਂ ਮੈਨੂੰ ਯਕੀਨ ਹੈ। ਇਸ ਤਰ੍ਹਾਂ ਹੀ? ਅੱਛਾ, ਹਾਂ ਕਹਿੰਦਾ ਠੀਕ ਠੀਕ ਹੋ ਗਿਆ, ਮਿਹਰਬਾਨੀ ਬਹੁਤ ਜੀ, ਬੜੀ ਸਹੂਲਤਾਂ ਹੈ ਜੀ ਮਾਸ਼ਾਅੱਲਾ, ਔਰ ਇਤਨੀ ਸਹੂਲਤਾਂ ਹੈ ਕਿ ਮਾਸ਼ਾਅੱਲਾ ਵਾਹ 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 ਵਾਹ, ਆਲਾ ਹੋ ਗਿਆ। ਯੇ ਦੇਖੇ ਚਾਚੇ ਬੈਠੇ ਇੱਧਰ ਬਹੁਤ ਅੱਛੇ ਅੱਛੇ। ਅਸਲਾਮ ਵਾਲੇਕਮ, ਮੇਰਾ ਚਾਚਾ ਕਿਸ ਇਲਾਕੇ ਸੇ ਚਾਚਾ? ਰਹੀਮ ਯਾਰ ਖਾਨ ਦੇ। ਰਹੀਮ ਯਾਰ ਖਾਨ, ਅੱਛਾ ਕੀ ਨਾਮ ਹੈ? ਹਾਜੀ ਅਮਨ। ਹਾਜੀ ਸਾਹਿਬ ਜੀ, ਹਾਜੀ ਕੀ ਹੋਇਆ? ਨਹੀਂ ਵੈਸੇ ਟਾਈਟਲ ਦੇ ਤੌਰ ਤੇ ਹਾਜੀ ਨਾ ਹੈ, ਨਾ ਹੈ। ਅੱਛਾ ਤੂੰ ਮੈਨੂੰ ਬਤਾਏ ਕਿ ਬੱਕਰੋਂ ਕਾ ਕਿਤਨਾ ਦੀਆ ਹੈ ਪਰ ਹੈਡ? 500 ਦੀਆ। ਕਿਆ ਇੱਕ ਬੱਕਰੇ ਕਾ 500 ਦੀਆ? ਮੇਰੇ ਕੋ ਨਹੀਂ ਪਤਾ। ਆਪ ਕਿਸ ਨੇ ਦੀਆ? ਮੇਰਾ ਭਾਈ ਹੈ। ਭਾਈ ਦੇਤਾ? ਔਰ ਇਧਰ ਕੋ ਸਹੂਲਤ ਵਗੈਰਾ ਵੀ ਹੈ ਪਾਣੀ ਪੂਣੀ ਪੀਣੇ? ਪਾਣੀ ਕੀ ਸਹੂਲਤ ਹੈ, ਬਿਜਲੀ ਕੀ ਸਹੂਲਤ ਹੈ, ਹਰ ਚੀਜ਼ ਕੀ ਸਹੂਲਤ ਹੈ ਇੱਥੇ। ਪਾਣੀ ਪੀਣੇ ਵਾਲਾ ਕਹਾਂ ਸੇ? ਪਾਣੀ ਪੀਣੇ ਵਾਲਾ ਯਹਾਂ ਪੇ ਮਿਲਤਾ ਹੈ। ਕਹਾਂ ਸੇ? ਅਭੀ ਮੁਝੇ ਪਿਲਾਏ ਨਾ ਪਾਣੀ, ਮੈਨੇ ਪੀਣਾ ਕਹਾਂ ਸੇ ਪੀਊਂ? ਅਰੇ ਭਾਈ ਮੋਟਰ ਨੂੰ ਮਿਲਦਾ ਹੈ। ਮੋਟਰ ਦੇ ਪੀਣ ਵਾਲੇ ਨਹੀਂ, ਉਹ ਤੇ ਗੰਦਾ ਪਾਣੀ ਹੈ। ਸਾਨੂੰ ਕੀ? ਰਾਵੀ ਦੇ ਕਿਨਾਰੇ ਉਹਦੇ ਵਿੱਚ ਤੇ ਉਹ ਗਟਰ ਮਿਲੇ ਹੋਏ ਨੇ ਸਾਰੇ। ਅੱਛਾ, ਆਹੋ ਉਹ ਤੇ ਤੁਹਾਡੇ ਬੱਕਰੇ ਵੀ 2 ਦਿਨ ਹੋਰ ਰਹੇ ਤੇ ਈਦ ਨਹੀਂ ਫਿਰ ਮਨਾ ਸਕੋਗੇ। ਈਦ ਫਰਜ਼ ਕਰ ਲੈ ਕਿ 10 ਦਿਨ ਲੇਟ ਹੋ ਗਈ ਤਾਂ ਇਹ ਬੱਕਰਾ ਬਚੇਗਾ ਕੋਈ ਨਹੀਂ, ਜੋ ਪਾਣੀ ਇਹ ਪੀਤਾ ਹੈ। ਅੱਲਾ ਮਾਲਿਕ, ਕੈਂਸਰ ਜ਼ਦਾ ਹੋ ਜਾਏਗੇ ਸਾਰੇ। ਅੱਲਾ ਮਾਲਿਕ, ਕੈਂਸਰ ਨਹੀਂ ਹੁੰਦਾ। ਤੋ ਇਹ ਸੂਰਤ ਹਾਲ ਹੈ ਜੀ, ਯਹਾਂ ਰਾਵੀ ਕਿਨਾਰੇ ਬੋਰ ਕਰਕੇ ਪਾਣੀ ਪਿਲਾਏਗੇ ਤੋ ਯਹੀ ਹੋ ਜਿਹੜਾ ਆਪਣਾ ਪੂਰਾ ਬੋਲ ਸਕਦਾ ਹੈ ਉੱਥੇ ਜ਼ਬਰਦਸਤ ਬਣ ਜਾਏਗਾ। ਕੌਣ ਹੈ? ਆਓ ਤੁਹਾਨੂੰ ਦਿਖਾਉਣਾ।
इधर देखते हैं जी कोई और भी है, उनको बिलाल इनके साथ जाएं, वो ले आए उसको। अच्छा आ जाए जी, और जगहों पे भी चलते हैं। ना चारपाई, ना पानी, बिजली, नथिंग, कोई चीज नहीं, और 500 रुपया फी बकरा ले रहे हैं। हाँ जी हाँ जी, तो आप बकरा लेने आए? हाँ जी बकरा लेने आए हैं। ठीक है, वैसे उन्होंने आख्या जी तुम इन्ना अपना मुल घटते पर साढ़े जुलम हो रहा है, असं की करिए पूछा इनसे मुकर गए सारे। हाँ हाँ अस्सलाम वालेकुम, हाँ जी जी सर, पानी मिलता है पीने के लिए? नहीं मिलता, पानी नहीं मिलता ना बेटा, लड़ना नहीं मेरा बच्चा, इधर आ मेरा बेटा, इधर आ मेरा बेटा, इधर इधर। क्या नाम है तुम्हारा? अली। अदर किस क्लास में पढ़ता है? तो बकरे ना आता सारा दिन। शाबाश, अच्छा बच्चा। अच्छा जी मुझे बताएं कि क्या करते हो? बकरा ते 500 रुपया? हाँ जी एक बकरे का, एक बकरे 500 रुपये। तो सहूलत कोई ना? कोई सहूलत नहीं, काई ना। कुरली कितों आई? आपने लेके आए? हाँ करेने आ, करेने आ। ते बिजली? बिजली का एक बेल 1500 रुपया एक हेड पर हेड लिया जी। पखा पुखा नहीं? तो वैसे स्विच ला सकते हो पखे का? नहीं ला सकते। 2000 रुपया पर व्यापारी जी चार्ज किया गया टैक्स के नाम पे, और उसके इवज क्या दिया गया है वो पूछना चाह रहे हैं कि इवज उसके क्या मिला, सहूलत क्या मिली है जी? कोई सहूलत नहीं है, बेफजूल है। कोई सहूलत नहीं? हाँ चाचा कोई सहूलत? कोई सहूलत नहीं है, चेक चेक। कोई सहूलत नहीं। चाचा क्या हाल है, किस इलाके से हैं? पाक पतन से। ओ पाक पतन शरीफ का करो माड़ा। पाक पतन शरीफ। हाँ शाबाश, मुझे बताएं कि एक बकरे का 500 दिया? एक बकरे का 500। शेर वाले ही था ये, शेर वाले ही था ये। लॉर्ड मेयर भी शेर दा है? हां शेर वाले ही था। अच्छा दूसरा बताएं कि पानी पुनी पीने के लिए? पानी पुनी पीने को बहुत तंगी है। तंगी है? तंगी है, बकरे बीमार हो गए, पानी गंदा मिलता पे, तो पानी नहीं सही है। तो नाना नूना होए तुसा किथे जांदे हो? नाना बाहर ने रावी छाल मार देंदे हो? रावी छाल समय वो गंदा पानी गटर मिले होए ने विच। ये सूरत हाल है जी, गंदे पानी में नहा रहे हैं लोग, और यहां जो स्प्रे करने वाला अमला है जिसने कांगू स्प्रे करना है वो बड़े रोमांटिक अंदाज में नुक्कड़ पे गाड़ी लगा के खड़े हैं, वो कहते हैं कि हम तो स्प्रे कर रहे हैं। ये सूरत हाल है। चाचा क्या हाल है? चाचा तबीयत कैसी? ठीक है अल्हम्दुलिल्लाह। शुगर शगर तो नहीं? नहीं नहीं नहीं। शाबाश, तो मुझे बताएं कि बकरा? बकरा नहीं, हम तो छुट्टी लेने के लिए। छुट्टी लेने किससे? आप इंतजामिया में से हैं? नहीं नहीं, छुट्टी छुट्टी। छुट्टी क्या? वो जो संडा होता है। अच्छा उसको छुट्टी बोलते हैं? किस बार में छुट्टी कहते हो? पश्तो में। अच्छा आप पठान हो? कौन सा कबीला? यूसुफ जे। अच्छा यूसुफ कम से? यूसुफ जे मर्दान के रहने वाले। मर्दान से आया? अच्छा मुझे ये बताए चूटी लेने आया तो चूटी मिला? नहीं मिले। तो अल्लाह करे इनको चूटी मिले। अच्छा ठीक है, अस्सलाम वालेकुम हीरो, की हाल है? ओ कोई गल नहीं, तू भी मालक है यार, है केड़ी गल सुना? दुआवां ताड़ियां। की हाल है? दुआवां शुक्र है अल्लाह दा। की सूरत हाल है? सूरत हाल है, अबे मंडी डिगी पई है बेचारी। मंडी मुदरे मुंह डिगी हुई है? मुदरे मुंह लम्मे पई है, लम्मे पई है। ओए होए बहुत बुरा हाल। दूसरा मुझे बताए कि इसमें पर बकरा आपने 500 दिया? नहीं ऐसे ही कोई तुझे दिया? नहीं हमने नहीं दिया पैसा। बिजली का दिया 1500? 500 रुपया बिजली का तो हक बनता है, देना पड़ता है भाई। अच्छा ये बस उसके अलावा कुछ नहीं दिया भाई। लुट के खा गए सानू भाई ये सारे। बकरा चोरी हुआ था, इन्होंने पकड़ के दिया हमें। चोरी चोर को दे दिया बकरा? चोरी होए ना सारे लब्बे ने इन्होंने, तो बंदा ही नहीं बाहर जान देते। अच्छी है ना सिक्योरिटी रखी, सिक्योरिटी अच्छी है, सिक्योरिटी अच्छी बात है जी, ये बहुत अच्छी बात है। ये सारे लोग बता रहे हैं कि सिक्योरिटी का निजाम बहुत अच्छा है, बहुत अच्छा निजाम। पानी कहाँ से पीते हो? पानी आया तो मोटर लगाई है उन्होंने। ए मोटर वाल ये जो सारे गटर बना हुआ है फिल्टर के लिए? फिल्टर कहाँ है? फिल्टर वो सामने थले। कहाँ? वो काट दो थले। पानी पीते हैं जी, पानी पीते हैं। किस जगह पानी लगा हुआ है ये भी देखते हैं, पानी लगा किस जगह हुआ है। अस्सलाम वालेकुम, आप बकरा लेने आए हैं? अच्छा तो बड़े दुखी दुखी लग रहे हैं, क्या बात है? की करिए कुछ लभदा ही नहीं। मैनूं लगदा तुहाडा बकरा संगली तोड़ा के नस नहीं गया हुंदा। कितने वाला बकरा लेना है आपने? जोड़ी लेंगे? गुड जी। हाँ चाचा किस इलाके से आए? जी हाँ जिला लोधरा था। लोधरा? अच्छा जहांगीर तरीन के इलाका। हाँ जी। अच्छा तो आप मुझे बताएं कि कितना दिया पर हेड बकरों का?
500 نہیں 500 دیتا اور بجلی کا بجلی انہوں نے دیتی ہیں بجلی دیتی ہے سکو بجلی بھی دی ہاں پانی دیتے پانی بھی دیتا ہاں جی اور پانی پینے کے لیے پانی پینے کے لیے دیتا ہے سیکورٹی دیتی نے سیکورٹی بھی دی ہے اور نہانے نہونے کے لیے کوئی ضرورت پڑ جائے یہ یہاں کی صورتحال ہے جی اور آپ دیکھ سکتے ہیں معاملات اس معاملات میں لوگوں کو مسائل کا سامنا بھی ہے پرابلمز بھی ہیں اور سارے لوگ جو ہیں وہ دور سے آئے ہیں چاچا کس علاقے سے آئے ہیں السلام علیکم جی کس علاقے تو آئے ہو رحیم یار خان رحیم یار خان تو چاچا 500 دیتا بکریاں دا پر ہیڈ 500 دیتا جی بکریاں دا اسی ہاں بکرے لان دا کنا دیتا او پیسے انہاں دیتے پرچی ہے انہاں کو السلام علیکم سر جی السلام علیکم رحیم یار خان سے آئے ہیں جی رحیم یار خان کیا حال ہے آپ کے ٹھیک حال ہے سر تو بکرے کی پر ہیڈ 500 دے دیا آپ نے جی 500 جی دے دیا شاباش بہت اچھا کیا ہے جگہ ٹیکس ہے یہ ٹھیک ہے اور 1500 بجلی کا بھی دے دیا ہے جی تو اس کے عوض آپ کو سہولتیں کیا ملی ہیں کیا ان سے سہولت کیا ملی ہے پینے کا پانی کہاں سے پیتے ہیں پانی پانی پینے کا ادھر سے ملا ہے بجلی لیٹ کون سا پانی پیتے ہیں پانی ادھر سے ڈونکی سے پیتے ہیں ڈونکی تو گندا یار وہی پیتے ہیں گٹر نال سارا راوی گٹر بن چکا ہے پانی گندا سارا گندے نالے ادھر وہی پیتے ہیں یہاں تو پانی کی سطح جو ہے وہ راوی کی وجہ سے اس میں مکس اپ ہو گیا سارا گندا پانی نہیں وہی اور ڈونکی تو پیا دیتا شاباش بہت اچھی گل یہ صورتحال ہے جی یہاں اور بور کروا دیے گئے ادھر پانی پلوانے کے لیے کھرلیاں بھی نہیں دی گئیں کھرلیاں لوگ خود لے کے آئے ہیں میرا خیال یہ بھی پوچھتے ہیں کہ لوگ کھرلیاں کہاں سے لے کے آئے ہیں بیسیکلی اور ساتھ اگر آپ نے بکروں پر ٹیکس چارج کرنا تھا تو ساتھ مینجمنٹ اچھی رکھتے جس سے لوگوں کے مسائل جو ہیں وہ حل کرنے میں مدد ملتی السلام علیکم مجھے لگتا ہے یہ سودا ہو رہا ہے وعلیکم السلام کیسے مبارک ہو السلام علیکم السلام علیکم کیا مسئلہ کیا ہے مسئلہ کیا ہے آپ کا سودا کروا دیتے ہیں یار کتنے کتنے میں دے رہے ہیں آپ میں تو 47,000 روپیہ دے رہا ہوں 47 میں دے رہے ہیں آپ ہاں جی میں 47 ہاں جی 55,000 فائنل کیا انہوں نے چاچا جی 55,000 دا ہے تے من دسو پنڈ کو لے کے آئے تے بھاڑے کرے وچ خرچے پورا نہیں گھاٹا ہوندا پیا ہے کوئی گھاٹا نہیں ہے گا تانوں کوئی گھاٹا نہیں ہے گا 47,000 روپے دا ہے بسم اللہ پڑھ چل چورے دے وی گئے تے نا کسائیں نو تے پھر وہ 40,000 دے دینے نے کنا دے دینے تے میں سات وقت ہی دے رہا ہوں 40,000 روپے دے رہے ہیں ویر 47,000 تھوڑا مول تھوڑا ہے نا جی اچھا کم ہے نا کتے نہیں لے جاندے پھر تو راضی ہوئیں گا تے جاواں گے ویر ورنہ نہیں جاواں سگڑ ذرا اگر تھلے کر لو تھوڑا اے پھڑ اچھا نام کی بکرے دا گنتے صحیح اور نام کی بکرے دا اینا مکھا جینا نام ہے مکھا جینا مکھا جی مکھا جینا مکھا جینا آو تیرا نام ہے بھائی یار کلر کنے ہو گئے پیسے جی پیسے کنے پیسے بول دو پتہ لگ جاتی ایویں بول دو پتہ لگ جاتی 47,000 روپیہ پتر 47,000 وہ تو پہلے بھی کیا ہے بسم اللہ کر یار کتنا لینا تو 1000 روپیہ اور تو وہ 55 نے اینڈ کیا میں نے 48,000 روپیہ پھڑ بس چل اللہ پھڑ اللہ پھڑ بسم اللہ کر بکرا دوسرے دے میرا نہیں ہے میں اپنے پلو دیواں انوں پیسے نہیں دینا اپنے پلو دیواں میں جڑ دے ملازم ماں دا 65,000 دا مال ہے مال دوسرے دا ہے تو آ جا انوں نال گل کر لے مال مالک کون ہے آؤ مالک کو چلیے آؤ جی بکرے لے کے مالک کو چلیے سودا کرائیے انہیں آؤ جی تھی بھی آ جاؤ سارے یہ صورت حال ہے جی آپ کے سامنے اور معاملات جو ہیں وہ لوگوں کی سہولیت کے اعتبار سے خراب ہیں کافی لیکن یہ کلچر بہت پیارا ہے بڑی خوبصورتی ہے اس کلچر میں بڑی اپنائیت ہے اس کلچر میں لوگ پنجاب بھر سے لاہور کا جو ہے وہ لاہور آتے ہیں سارے بیوپاری جو ہیں اور وہ خوشی خوشی یہاں اپنا مال فروخت کرنا بہتر سمجھتے ہیں اور کلچرز کا آپ کو خوبصورت امتزاج جو ہے وہ بھی نظر آئے گا اس ساری صورتحال میں ہم کوشش کرتے ہیں ہاں جی بہت کم ہو گیا ہے بکرا نہیں ہے 10 بپاری ہو بتائیں بکرا ہے آپ نے 500 دیا پر بکرے کا نہیں ہاں 500 کا بات نہیں ہے 500 اور دوسرا بجلی کا 2,000 دیا کہ 1500 دیا ہاں جی ہاں جی